जिंदगी दा हुन इत बार दा कड़ी, पोतिया दा हुन इत जार दा कड़ी, छट गए शरीर दिया जिस मां गए। My name is Gurlin Kaur। एज किन्नी है तुम्हारी? 5 year old। केड़ी क्लास च पढ़ने हो? प्री प्राइमरी ट्यूलिप। जिहड़े शब्द तुहानू आउंदे आ तुहानू कौन सिखांदा? मम्मी पापा। लख नगारे वजन, लख नगारे वजन, आबो सामने राखस रहन भजन, रोहे रोहले। एक 5 साल की बच्ची की वीडियो सोशल मीडिया से काफ़ी ज़्यादा वायरल हो रही है, जो अपनी तोतली जबान विच शब्द कीर्तन करती हुई दिखाई दे रही है। सारे लोगों वालों इस बच्ची की जम के तारीफ की जा रही है। पहला तुसी देखो ये वीडियो, फिर तुहानू दसदी हैं कौन है छोटी बच्ची अते की है इसका नाम। हाँ जी बेटा, की नाम तुहाडा? माय नेम इज गुरलीन कौर। एज किन्नी है तुहाडी? 5 year old। केड़ी क्लास च पढ़ाउंदे हो? प्री प्राइमरी ट्यूलिप। जिहड़े शब्द तुहानू आउंदे आ तुहानू कौन सिखांदा? मम्मी पापा। मम्मा पापा सिखांदे आ। ਕਿੰਨੇ ਸਾਲ ਤੋਂ ਤੁਸੀਂ ਇਹ ਸ਼ਬਦ ਸਿੱਖਣੇ ਸ਼ੁਰੂ ਕੀਤੇ? 4 years। ਤੇ ਕਿਹੜੇ ਕਿਹੜੇ ਸ਼ਬਦ ਆਉਂਦੇ ਆ ਕੋਈ ਸੁਣਾਓ। ਵਾਹ ਵਾਹ ਗੋਬਿੰਦ ਸਿੰਘ। ਆਪਣੀ ਤੋਤਲੀ ਆਵਾਜ਼ ਵਿੱਚ ਗੁਰਬਾਣੀ ਸ਼ਬਦ ਪੜ੍ਹਨ ਵਾਲੀ ਇਸ 5 ਸਾਲਾਂ ਦੀ ਬੱਚੀ ਦਾ ਨਾਮ ਹੈ ਗੁਰਲੀਨ ਕੌਰ, ਜੋ ਦਿੱਲੀ ਦੇ ਵਿਕਾਸਪੁਰੀ ਦੀ ਰਹਿਣ ਵਾਲੀ ਹੈ। ਗੁਰਲੀਨ ਦੇ ਪਿਤਾ ਦਾ ਨਾਂ ਹਰਮੀਤ ਸਿੰਘ ਅਤੇ ਮਾਤਾ ਦਾ ਨਾਂ ਲਖਵਿੰਦਰ ਕੌਰ ਹੈ, ਜਿਨ੍ਹਾਂ ਦੇ ਚੰਗੇ ਸੰਸਕਾਰਾਂ ਸਦਕਾ ਹੀ ਇਹ ਛੋਟੀ ਜਿਹੀ ਬੱਚੀ ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਪਿਛਲੇ ਦਿਨੀ ਇਸ ਬੱਚੀ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ, ਜਿਸ ਵਿੱਚ ਇਹ ਬੱਚੀ ਇੱਕ ਪ੍ਰਭਾਤ ਫੇਰੀ ਦੌਰਾਨ ਸ਼ਬਦ ਗਾ ਰਹੀ ਸੀ। ਇਸ ਵੀਡੀਓ ਨੂੰ ਲੋਕਾਂ ਵੱਲੋਂ ਰੱਜ ਕੇ ਪਸੰਦ ਕੀਤਾ ਗਿਆ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵਨ ਗੁਰ ਪ੍ਰਸ਼ਾਦ ਜਪ ਆਸ ਸਤ ਜੁਗਾਸ ਸਤ ਹੈਬੀ ਸਤ ਨਾਨਕ ਹੋਸੀ ਵੀ ਸਤ। ਗੁਰਲੀਨ ਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਉਹਨਾਂ ਦੀ ਬੱਚੀ ਨੂੰ ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ। ਇੱਕ ਦਿਨ ਪਰਿਵਾਰ ਵਾਲੇ ਸੁੱਤੇ ਸੀ, ਪ੍ਰਭਾਤ ਫੇਰੀ ਦਾ ਸਮਾਂ ਹੋ ਗਿਆ ਸੀ। ਗੁਰਲੀਨ ਨੇ ਉਹਨਾਂ ਨੂੰ ਉਠਾਇਆ, ਪਰ ਜਦੋਂ ਕੋਈ ਨਹੀਂ ਉੱਠਿਆ ਤਾਂ ਖੁਦ ਹੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਗਈ। ਜਦੋਂ ਪਰਿਵਾਰਕ ਮੈਂਬਰ ਉੱਠੇ ਤਾਂ ਉਹ ਗੁਰਲੀਨ ਨੂੰ ਘਰ ਦੇ ਵਿੱਚ ਨਾ ਦੇਖ ਕੇ ਪਰੇਸ਼ਾਨ ਹੋਣ ਲੱਗੇ ਅਤੇ ਉਸ ਨੂੰ ਲੱਭਣ ਦੇ ਲਈ ਆਸੇ ਪਾਸੇ ਗਏ। ਪਰ ਜਦੋਂ ਸਪੀਕਰ ਵਿੱਚ ਉਹਨਾਂ ਨੇ ਆਪਣੀ ਬੇਟੀ ਗੁਰਲੀਨ ਦੀ ਆਵਾਜ਼ ਸੁਣੀ ਤਾਂ ਉਹਨਾਂ ਦੇ ਮਨ ਨੂੰ ਥੋੜ੍ਹਾ ਜਿਹਾ ਚੈਨ ਪਿਆ। ਪੋਤਿਆਂ ਦਾ ਹੁਣ ਇੰਤਜ਼ਾਰ ਨਾ ਕਰੀ, ਛੱਡ ਕੇ ਸ਼ਰੀਰ ਨਹੀਂ ਅੱਜ ਸਮਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ, ਮਹਿਜ 5 ਸਾਲਾਂ ਦੀ ਗੁਰਲੀਨ ਕੌਰ ਨੂੰ ਮੂਲ ਮੰਤਰ ਦਾ ਪਾਠ ਜ਼ੁਬਾਨੀ ਯਾਦ ਹੈ। ਇਸ ਤੋਂ ਇਲਾਵਾ ਉਸ ਨੂੰ 4 ਸਾਹਿਬਜ਼ਾਦਿਆਂ ਦੇ ਨਾਂ ਅਤੇ ਹੋਰ ਧਾਰਮਿਕ ਜਾਣਕਾਰੀ ਯਾਦ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਬੇਟੀ 'ਤੇ ਵਾਹਿਗੁਰੂ ਦੀ ਕਿਰਪਾ ਹੈ ਅਤੇ ਉਹ ਇੰਨੀ ਛੋਟੀ ਉਮਰ ਵਿੱਚ ਗੁਰਬਾਣੀ ਦੇ ਨਾਲ ਪਿਆਰ ਕਰ ਰਹੀ ਹੈ। ਲੱਖ ਨਗਾੜੇ ਵਜਣ ਆਬੋ ਸਾਹਮਣੇ, ਲੱਖ ਨਗਾੜੇ ਵਜਣ
ਅਬੋ ਸਭ ਦੇ ਲੱਖ ਨਗਾਰੇ ਵੱਜਣ, ਲੱਖ ਨਗਾਰੇ ਵੱਜਣ, ਅਬੋ ਸਭ ਦੇ ਰਾਖਸ ਰਹਿਤ ਭੱਜਣ, ਰੋਹੇ ਰੋਹਲੇ ਰਾਖਸ ਰਹਿਤ ਭੱਜਣ, ਰੋਹੇ ਰੋਹਲੇ ਲੱਖ ਨਗਾਰੇ ਵੱਜਣ। दस दिए कि हर कोई इस बच्ची की तोतली आवाज़ सुन के खुश हो जाता है और देशों विदेशों में इस बच्ची दियाँ बहुत सारिया वीडियो वायरल हो रही ने। वड्डी गिनती विच लोकां वल्लों इस बच्ची दियाँ तारीफां कीतियां जा रही ने और कमेंटा जरिए बच्ची की हौसला अफजाई की जा रही है। हमदर्द टीवी लिए अमृतसर तो हिमांशु शर्मा की रिपोर्ट। माए तेरे पोस्तड़े शहीदी पा गए, दीहा विच आखरी फतेह बुला गए, बाए तेरे पोतड़े शहीदी पा गए, दीहा विच आखरी फतेह बुला गए, जिंदगी दा हुन इतबार दा कड़ी, पोतिया दा हुन इंतजार दा कड़ी, छड़ गए शरीर दिया जिस्म आ गए, नीहा विच आखरी फतेह बुला गए, नीहा विच आखरी फतेह बुला गए।